बहुत वड्डी खुशी है क्योंकि ये सुपना बहुत निक्के जे जंजोत सिंह का सी, वो अज पूरा होया। सो मैनू नहीं सी पता कि जदों ये सुपना पूरा होगा तो मेरी 3 साल की बेटी होगी। डैड फिजिकली नहीं है बट मैं कदे कदे ही फोन ला लैना हुंना, जो फिल्म रिलीज़ होंगी है मैं गल करता। ਤੁਹਾਨੂੰ ਇੱਦਾਂ ਲੱਗਦਾ ਵੀ ਜਵਾਬ ਵੀ ਆ ਰਿਹਾ ਕਦੇ ਕਦੇ ਸਿਦਕ ਦੇ ਵਿੱਚ ਉਹਨਾਂ ਨੂੰ ਵੇਖਣ ਦੀ ਕੋਸ਼ਿਸ਼ ਕੀਤੀ? ਬਿਲਕੁਲ। ਜੋ ਤੁਸੀਂ ਇਹ ਪਿਆਰ ਵੰਡ ਰਹੇ ਹੋ, ਮਤਲਬ ਇਹ ਤਾਂ ਉਮਰ ਵੰਡਦੇ ਰਹੋਗੇ ਇੱਦਾਂ ਹੀ ਜੀ? ਆਪਣੇ ਵੱਲੋਂ ਕੋਸ਼ਿਸ਼ ਹੈ ਮਹਾਰਾਜ ਹਿੰਮਤ ਬਖਸ਼ਣ, ਬਸ ਗੱਲ ਤਾਂ ਹਿੰਮਤ ਦੀ ਆ ਕਿ ਹਿੰਮਤ ਮਹਾਰਾਜ ਨੇ ਦੇਣੀਆਂ, ਕਰਨ ਕਰਾਵਣ ਆਪੇ ਆਪ, ਮਾਨਸ ਕੇ ਕਿਛ ਨਾ ਹੀ ਆ, ਸਾਡੇ ਹੱਥ ਕੁਛ ਨਹੀਂ ਹੈ। ਜਦੋਂ ਉਹਨੇ ਕਰਾਉਣਾ ਕਰਾ ਲੈਣਾ। ਤੁਹਾਨੂੰ ਮੈਂ ਦੱਸਿਆ ਨਿੱਕੇ ਜਿੰਜੋ ਉਹਦਾ ਸੁਪਨਾ ਸੀਗਾ ਅਤੇ ਅੱਜ ਪੂਰਾ ਹੋਇਆ, ਜਦੋਂ ਮੇਰੀ ਬੇਟੀ 3 ਸਾਲ ਦੀ ਹੋ ਗਈ ਆ। ਸੋ ਜਦੋਂ ਮਹਾਰਾਜ ਨੇ ਸੇਵਾ ਲੈਣੀ ਆ ਉਦੋਂ ਲੈਣੀ ਆ। ਦੋਸਤੋ ਜਨਜੋਤ ਭਾਜੀ ਔਰ ਉਪਕਾਰ ਭਾਜੀ ਸਾਡੇ ਨਾਲ ਇਸ ਵਕਤ ਮੌਜੂਦ ਨੇ। ਜਨਜੋਤ ਭਾਜੀ ਲਈ ਅੱਜ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਆ। ਸੋ ਸਿੰਬਲਸ ਦਰਬਾਰ ਜਿਹਦੇ ਆਪਾਂ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਵੇਖਣ ਨੂੰ ਸਾਨੂੰ ਮਿਲਣਗੀਆਂ। ਸੋ ਅੱਜ ਵੀ ਗੁਰਬਾਣੀ ਦੇ ਸ਼ਬਦ ਜੋ ਕਿ ਉਹਨਾਂ ਵੱਲੋਂ ਪੇਸ਼ਕਾਰੀ ਕੀਤੀ ਗਈ ਆ, ਜੋ ਉਹ ਰਿਲੀਜ਼ ਹੋਏ ਨੇ ਅੰਮ੍ਰਿਤਸਰ ਦੇ ਵਿੱਚ, ਸੋ ਗੱਲਬਾਤ ਕਰਦੇ ਹਾਂ ਅਤੇ ਬਹੁਤ ਬਹੁਤ ਸਵਾਗਤ ਹੈ ਭਾਅ ਜੀ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੇਮਸ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਭਾਅ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਫੇਮਸ ਪੰਜਾਬ ਟੀਵੀ ਦੇਖ ਰਹੇ ਸਾਰਿਆਂ ਨੂੰ ਮੇਰੇ ਤਰਫੋਂ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਜਿਵੇਂ ਮੈਂ ਕਿਹਾ ਕਿ ਅੱਜ ਬਹੁਤ ਵੱਡਾ ਦਿਨ ਆ, ਸੋ ਭਾਅ ਜੀ ਸਾਹਿਬ ਨੇ ਵੀ ਤੁਹਾਡੀ ਬਹੁਤ ਸਿਫਤ ਕੀਤੀ ਆ ਔਰ ਜੋ ਤੁਹਾਡਾ ਇੱਕ ਵਿਜ਼ਨ ਆ ਉਹ ਅੱਜ ਲੋਕਾਂ ਨੂੰ ਪਤਾ ਲੱਗੂਗਾ ਔਰ ਸਾਨੂੰ ਸਾਰੇ ਮੀਡੀਆ ਨੂੰ ਵੀ ਪਤਾ ਲੱਗਿਆ ਹੈ ਅੱਜ। ਸੋ ਉਹ ਤੁਸੀਂ ਜਿਵੇਂ ਕਿਹਾ ਸੀਗਾ ਕਿ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਭਾਅ ਜੀ ਸਾਹਿਬ ਨੂੰ ਕਿਹਾ ਸੀਗਾ, ਸੋ ਅੱਜ ਉਹਨਾਂ ਵੱਲੋਂ ਉਹ ਸ਼ਬਦ ਰੱਖੇ ਗਏ ਨੇ, ਸੋ ਖੁਸ਼ੀ ਜਾਣਨਾ ਚਾਹੁੰਦੇ ਹਾਂ ਤੁਹਾਡੀ ਜੀ। ਬਹੁਤ ਵੱਡੀ ਖੁਸ਼ੀ ਹੈ ਕਿਉਂਕਿ ਇਹ ਸੁਪਨਾ ਬਹੁਤ ਨਿੱਕੇ ਜਿਹੇ ਜਨਜੋਤ ਸਿੰਘ ਦਾ ਸੀ, ਉਹ ਅੱਜ ਪੂਰਾ ਹੋਇਆ। ਸੋ ਮੈਨੂੰ ਨਹੀਂ ਸੀ ਪਤਾ ਕਿ ਜਦੋਂ ਇਹ ਸੁਪਨਾ ਪੂਰਾ ਹੋਊਗਾ ਤਾਂ ਮੇਰੀ 3 ਸਾਲ ਦੀ ਬੇਟੀ ਹੋਊਗੀ। ਮੇਰੇ ਡੈਡ ਦਾ ਸੁਪਨਾ ਸੀਗਾ ਕਿਉਂਕਿ ਉਹਨਾਂ ਨੇ ਪੁੱਛਿਆ ਸੀਗਾ ਕਿ ਤੂੰ ਧਰਮ ਲਈ ਕੀ ਕਰੇਗਾ। ਸੋ ਜੇ ਮੇਰਾ ਮੀਡੀਆ 'ਚ ਮੈਨੂੰ ਮੈਂ ਆਇਆ ਵਾਂ, ਮੇਰੀ ਰੋਜ਼ੀ ਰੋਟੀ ਮੀਡੀਆ 'ਚ ਲੱਗੀ, ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਇੱਦਾਂ ਦਾ ਕੁਛ ਉਪਰਾਲਾ ਕਰੀਏ ਕਿ ਜੋ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਐਟਲੀਸਟ ਇਹ ਪਤਾ ਲੱਗ ਸਕੇ ਕਿ ਗੁਰਬਾਣੀ ਦੇ ਅਰਥ ਕਹਿੰਦੇ ਕੀ ਆ। ਸਾਡਾ ਬਸ ਉਨਾ ਮੋਟਿਵ ਹੈ ਕਿ ਗੁਰਬਾਣੀ ਜੋ ਕਹਿੰਦੀ ਆ ਅਸੀਂ ਉਹਨੂੰ ਵਿਜੁਅਲਾਈਜ਼ ਕਰ ਜਾਈਏ ਜੇ ਸਾਡੀ ਮੀਡੀਆ 'ਚ ਡਿਊਟੀ ਲੱਗੀ ਆ। ਰਾਈਟ। ਸੋ ਭਾਅ ਜੀ ਜਿਵੇਂ ਉਪਕਾਰ ਭਾਅ ਜੀ ਇਸ ਵਕਤ ਨਾਲ ਖੜੇ ਨੇ ਔਰ ਜਿਵੇਂ ਆਪਾਂ ਫੋਨ 'ਤੇ ਵੀ ਗੱਲ ਕਰਦੇ ਹਾਂ, ਜਦੋਂ ਮਿਲਦੇ ਵੀ ਹਾਂ, ਤੁਸੀਂ ਬੜੇ ਫਕਰ ਨਾਲ ਕਹਿੰਦੇ ਹੋ ਵੀ ਇਹ ਕੰਮ ਆਪਾਂ ਮੰਨਾ ਜੀ ਤੋਂ ਕਰਾ ਲੈਂਦੇ ਹਾਂ, ਇਹ ਕੰਮ ਆਪਾਂ ਜਰਨੈਲ ਜੀ ਤੋਂ ਕਰਾ ਲੈਂਦੇ, ਜਿਹੜੀ ਤੁਹਾਡੀ ਸਾਰੀ ਟੀਮ ਆ ਇਹ, ਤੁਸੀਂ ਕਹਿੰਦੇ ਵੀ ਹਰੀਸ਼ ਵਰਮਾ ਭਾਅ ਜੀ ਤੋਂ ਆਪਾਂ ਇਹ ਕੰਮ ਕਰਾ ਲੈਂਦੇ ਹਾਂ। ਸੋ ਅੱਜ ਇਹ ਸਾਰੀ ਟੀਮ ਇਹ ਪ੍ਰੂਫ ਆ ਕਿ ਸਾਰੇ ਇਕੱਠੇ ਤੁਹਾਡੇ ਨਾਲ ਨੇ, ਇਕੱਠਿਆਂ ਦਾ ਪ੍ਰੋਜੈਕਟ ਆਇਆ, ਤਾਂ ਤੁਹਾਨੂੰ ਮਾਣ ਹੈ ਜੀ ਇਹਨਾਂ ਸਾਰਿਆਂ ਦੇ ਜਿਹਨਾਂ ਜਿਹੜੇ ਨਾਲ ਖੜੇ ਨੇ ਤੁਹਾਡੇ? ਬਿਲਕੁਲ ਜੀ, ਇਹੀ ਮਾਣ ਹੁੰਦਾ ਕਿ ਤੁਹਾਡੇ ਨਾਲ ਕੌਣ ਕੌਣ ਖੜਾ ਹੈ ਨਾ। ਅਤੇ ਗੱਲ ਹੋਇਆ ਕਿ ਮੈਂ ਪਿਛਲੇ ਕੁਛ ਮਹੀਨਿਆਂ 'ਚ ਸਕ੍ਰਿਪਟ 'ਤੇ ਕੰਮ ਕਰ ਰਹੇ ਸੀ ਆਉਣ ਵਾਲੀਆਂ, ਅਤੇ ਮੈਂ ਕੁਛ ਫ੍ਰੀ ਸੀ, ਮੈਂ ਯਾਰ ਕੁਛ ਸ਼ੂਟ ਕਰੀਏ, ਫਿਰ ਮੈਨੂੰ ਅਚਾਨਕ ਮੈਂ ਭਾਅ ਜੀ ਨਾਲ ਗੱਲ ਕੀਤੀ, ਉਪਕਾਰ ਭਾਅ ਜੀ, ਉਪਕਾਰ ਭਾਅ ਜੀ ਬਰਮਿੰਗਮ ਤੋਂ ਨੇ, ਬੇਸਿਕਲੀ ਜੰਮੂ ਤੋਂ ਨੇ, ਮੈਂ ਆਪਣੀ ਨਾਲ ਗੱਲ ਕੀਤੀ, ਮੈਂ ਭਾਅ ਜੀ ਆਪਾਂ ਕੁਛ ਡਿਫਰੈਂਟ ਇੱਦਾਂ ਦਾ ਕੁਛ ਕਰਦੇ ਹਾਂ। ਯਾਨੀ ਕਿ ਮੈਂ ਭਾਅ ਜੀ ਆਹ ਮੇਰਾ ਸੁਪਨਾ, ਭਾਅ ਜੀ ਕਹਿੰਦੇ ਯਾਰ ਮੇਰਾ ਵੀ ਆਹੀ ਸੁਪਨਾ, ਅਤੇ ਮੈਂ ਭਾਅ ਜੀ ਆਪਾਂ ਕੁਛ ਕਰਦੇ ਹਾਂ। ਫਿਰ ਆਪਾਂ ਸਿੰਬਲਸ ਦਰਬਾਰ ਖੋਲਿਆ, ਸਿੰਬਲਸ ਬੇਸਿਕਲੀ ਸਿੰਬਲ ਜੰਮੂ 'ਚ ਇੱਕ ਸ਼ਹਿਰ ਹੈ ਜਿੱਥੇ ਭਾਅ ਜੀ ਦਾ ਹੋਮ ਟਾਊਨ ਆ, ਅਸੀਂ ਉਹਨਾਂ ਦੇ ਨਾਮ ਤੋਂ ਸਿੰਬਲਸ ਦਰਬਾਰ ਅਸੀਂ ਖੋਲਿਆ, ਅਤੇ ਸਿੰਬਲ ਦਰਬਾਰ ਖੋਲ ਕੇ ਫਿਰ ਅਸੀਂ ਅਪਰੋਚ ਕਰਨਾ ਸ਼ੁਰੂ ਕੀਤਾ ਹੌਲੀ ਹੌਲੀ, ਸਟੈਪ ਬਾਏ ਸਟੈਪ, ਇਹ 4-5 ਮਹੀਨੇ ਪਹਿਲੇ ਦੀ ਗੱਲ ਹੈ। ਸੋ ਅੱਜ ਸ਼ਬਦ ਰਿਲੀਜ਼ ਹੋਇਆ। ਰਾਈਟ। ਸੋ ਭਾਅ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕਮਰਸ਼ੀਅਲ ਦੌਰ ਆ ਔਰ ਸਾਰੀਆਂ ਚੀਜ਼ਾਂ ਜੋ ਚੱਲ ਰਹੀਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ, ਜੋ ਚੀਜ਼ਾਂ ਚੱਲਦੀਆਂ ਨੇ, ਜਿੱਦਾਂ ਦਾ ਮਿਊਜ਼ਿਕ ਚੱਲਦਾ ਆ ਉੱਧਰਲੇ ਪਾਸੇ ਭੱਜਦੇ ਨੇ ਪ੍ਰੋਡਿਊਸਰ, ਸੋ ਬਾਬਾ ਜੀ ਨੇ ਤੁਹਾਡੇ ਦਿਲ ਦੇ ਵਿੱਚ ਇਹ ਚੀਜ਼ ਪਾਈ ਆ, ਇਹ ਤੁਸੀਂ ਮੰਨਦੇ ਹੋ ਕਿ ਬਾਬਾ ਜੀ ਸੇਵਾ ਹੀ ਕਰਾ ਰਹੇ ਨੇ ਤੁਹਾਡੇ ਤੋਂ? ਹਾਂਜੀ ਵੀਰ ਜੀ, ਬੇਸਿਕਲੀ ਇਹ ਜਨਜੋਤ ਵੀਰ ਜੀ ਦਾ ਇੱਕ ਉਪਰਾਲਾ ਸੀ ਅਤੇ ਉਹਨਾਂ ਨਾਲ ਸਾਡਾ ਜਿਹੜੀ ਗੱਲ ਹੋਈ, ਅਤੇ ਸਾਡਾ ਮੇਰੀ ਬੇਸਿਕਲੀ ਇਹ ਲਾਈਨ ਨਹੀਂ ਸੀ ਪਹਿਲੇ, ਅਤੇ ਮੈਂ ਹੁਣੇ ਥੋੜ੍ਹੀ ਫਿਲਮਾਂ ਵੀ ਜੁੜਿਆ ਸੀ, ਅਤੇ ਮੈਂ ਕਿਹਾ ਕਿਉਂ ਨਾ ਅਸੀਂ ਪਹਿਲੀ ਜਿਹੜੀ ਸ਼ੁਰੂਆਤ ਆ ਇੱਕ ਧਾਰਮਿਕ ਸ਼ਬਦ ਨਾਲ ਕਰੀਏ, ਅਤੇ ਸ਼ਬਦ ਵੀ ਉਸ ਕੰਸੈਪਟ ਨਾਲ ਅਸੀਂ ਇੱਕ ਵਿਜ਼ੂਲਾਈਜ਼ ਕੀਤਾ ਉਹਨੂੰ ਸਕਰੀਨ ਉੱਪਰ, ਕਿ ਤਾਂ ਕਿ ਹਰ ਬੰਦੇ ਨੂੰ ਇਸ ਸ਼ਬਦ ਦਾ ਅਰਥ ਸਮਝ ਆ ਸਕੇ। ਨੋਰਮਲੀ ਅਸੀਂ ਗੱਡੀਆਂ ਵਿੱਚ ਜਾਂ ਟਰੈਕਸ ਹੁੰਦੇ ਹੈਗੇ ਹਾਂ ਅਤੇ ਸਾਨੂੰ ਉਸਦਾ ਸਮਝ ਬੇਸਿਕਲੀ ਸਹੀ ਨਹੀਂ ਆਉਂਦੀ, ਅਤੇ ਇਸ ਵਿੱਚ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ। ਵੀਰ ਜਨਜੋਤ ਨੇ, ਵਿਰਾਸਤ ਫਿਲਮ ਨੇ, ਸਾਡੇ ਰਿਦਮ ਬੋਆਇਜ਼ ਨੇ ਔਰ ਵੀਰ ਸਿੰਘ ਭਾਅ ਜੀ ਨੇ, ਅਤੇ ਬਹੁਤ ਇੱਕ ਅੱਛਾ ਪਹਿਲਾ ਕਦਮ ਹੈ ਔਰ ਦੇਖੋ ਅੱਗੇ ਮਹਾਰਾਜ ਕਿੰਨੀ ਸੇਵਾ ਹੋਰ ਲੈਂਦੇ ਨੇ। ਰਾਈਟ। ਸੋ ਭਾਅ ਜੀ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਕਿਹਾ ਸੀਗਾ ਕਿ ਧਰਮ ਲਈ ਕੀ ਕਰੇਗਾ, ਸੋ ਅੱਜ ਜਦੋਂ ਆਪਾਂ ਸਾਰਿਆਂ ਨੇ ਵੀਡੀਓ ਦੇਖਿਆ ਹੈ ਨਾ, ਸੋ ਬਹੁਤ ਖੂਬਸੂਰਤ ਆ ਔਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕ੍ਰੀਏਟ ਕੀਤੀਆਂ ਨੇ, ਸੋ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਇੱਕ ਹਲਕਾਪਣ ਮਹਿਸੂਸ ਹੁੰਦਾ ਹੈ ਨਾ, ਇੱਕ ਸਕੂਨ ਮਹਿਸੂਸ ਹੁੰਦਾ ਆ, ਉਹ ਮਹਿਸੂਸ ਕਰ ਰਹੇ ਹੋ? ਹਾਂ ਬਿਲਕੁਲ, ਮੈਂ ਅਕਸਰ ਹੀ ਮੈਂ ਕੁਛ ਇੰਟਰਵਿਊਜ਼ ਕਹਿੰਦਾ ਵੀ ਹਾਂ ਕਿ ਡੈਡ ਫਿਜ਼ੀਕਲੀ ਨਹੀਂ ਹੈ ਬਟ ਮੈਂ ਕਦੇ ਕਦੇ ਹੀ ਫੋਨ ਲਾ ਲੈਂਦਾ ਹੁੰਦਾ, ਜਦੋਂ ਫਿਲਮ ਰਿਲੀਜ਼ ਹੁੰਦੀ ਆ ਮੈਂ ਗੱਲ ਕਰਦਾ। ਤੁਹਾਨੂੰ ਇੱਦਾਂ ਲੱਗਦਾ ਵੀ ਜਵਾਬ ਵੀ ਆ ਰਿਹਾ?
ਕਦੇ ਕਦੇ ਸਿਦਕ ਦੇ ਵਿੱਚ ਉਹਨਾਂ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਬਿਲਕੁਲ ਜੀ ਸੋ ਇਹ ਮਤਲਬ ਆਪਾਂ ਦੇਖ ਰਹੇ ਹਾਂ ਕਿ ਜੋ ਪਹਿਲਾਂ ਵੀ ਤੁਸੀਂ ਕੁਝ ਰਿਲੀਜ਼ ਕੀਤਾ ਸੀ ਸਿੱਧਕ ਉਹਦਾ ਵੀ ਪਾਰਟ ਸੀਗੀ ਔਰ ਬਹੁਤ ਪਿਆਰੀ ਬੱਚੀ ਆ ਔਰ ਉਹ ਵੀ ਇਸ ਦੇ ਵਿੱਚ ਆਪਾਂ ਉਹਨੂੰ ਵੀ ਵੇਖ ਰਹੇ ਹਾਂ ਸੋ ਮਤਲਬ ਕਿ ਉਹ ਵੀ ਖੁਸ਼ੀ ਇੱਕ ਦੁੱਗਣੀ ਹੋ ਜਾਂਦੀ ਆ ਹਾਂ ਬਿਲਕੁਲ ਜਦੋਂ ਤੁਸੀਂ ਸਕਰੀਨ 'ਤੇ ਆਪਣੇ ਬੱਚਿਆਂ ਨੂੰ ਦੇਖਦੇ ਹੋ ਤਾਂ ਓਬਵੀਅਸ ਖੁਸ਼ੀ ਉਹ ਕੀ ਖੁਸ਼ੀ ਹੁੰਦੀ ਹੈ ਮੈਨੂੰ ਅੱਜ ਪਤਾ ਲੱਗਦਾ ਜੀ ਠਾਕੁਰ ਸਾਹਿਬ ਦੀ ਜੋ ਇਹਦੇ ਵਿੱਚ ਯੋਗਦਾਨ ਆ ਉਹ ਮਤਲਬ ਕਿਵੇਂ ਕਿਉਂਕਿ ਉਹ ਇੱਕ ਸਰਹੱਦ ਤੋਂ ਪਾਰ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਆ ਸੋ ਉਹਨੂੰ ਕਿਵੇਂ ਵੇਖ ਨਹੀਂ ਸਾਰਿਆਂ ਦੀ ਮਤਲਬ ਠਾਕੁਰ ਸਾਹਿਬ ਨੂੰ ਮੈਂ ਇੱਕ ਗੱਲ ਮੈਂ ਭਾਅ ਜੀ ਕੁਛ ਇੱਦਾਂ ਦਾ ਕਰ ਰਿਹਾ ਮੈਂ ਅੱਜ ਉਹਨਾਂ ਦਾ ਬਹੁਤ ਬਿਜ਼ੀ ਸਕੇਜੂਲ ਹੁੰਦਾ ਸੀ ਉਰੇ 8-9 ਵਜੇ ਨਿਕਲ ਜਾਂਦੇ ਆ ਰਾਤ 2-3 ਵਜੇ ਆਉਂਦੇ ਆ ਸੋ ਮੈਂ ਜੀ ਆਹ ਟਾਈਮ ਭਾਅ ਜੀ ਕਰਨਾ ਅਤੇ ਉਸੇ ਟਾਈਮ ਅਗਲੇ ਦਿਨ ਦੱਸੋ ਜੀ ਕਰਨਾ ਕੀ ਆ ਮੈਂ ਜੀ ਕੋਈ ਮਸਜਿਦ ਤੁਹਾਡੇ ਘਰ ਦੇ ਲਾਗੇ ਹੈਗੀ ਕਹਿੰਦੇ ਬਿਲਕੁਲ ਹੈਗੀ ਸੋ ਆਪਾਂ ਪਲਾਨ ਕੀਤਾ ਉਹਨਾਂ ਨੇ ਥੈਂਕਸ ਠਾਕੁਰ ਸਾਹਿਬ ਦਾ ਥੈਂਕਸ ਸਾਰੀ ਟੀਮ ਦਾ ਈਵਨ ਸਿੰਮੀ ਭਾਅ ਜੀ ਸਿੰਮੀ ਹਰੀਸ਼ ਭਾਅ ਜੀ ਵੀਰ ਭਾਅ ਜੀ ਜਿਨ੍ਹਾਂ ਜਿਨ੍ਹਾਂ ਨੂੰ ਜਦੋਂ ਜਦੋਂ ਕਿਹਾ ਉਹ ਅਵੇਲੇਬਲ ਹੋਏ ਕਨਵਰ ਗਰੇਵਾਲ ਭਾਅ ਜੀ ਅੰਮ੍ਰਿਤਪਾਲ ਸਿੰਘ ਬਿੱਲਾ ਭਾਅ ਜੀ ਬੀ ਐਨ ਸ਼ਰਮਾ ਭਾਅ ਜੀ ਬੀ ਐਨ ਸ਼ਰਮਾ ਭਾਅ ਜੀ ਮੈਂ ਉਹਨਾਂ ਨੂੰ ਦਿਖਾ ਰਿਹਾ ਸੀ ਭਾਅ ਜੀ ਕੁਛ ਇੱਦਾਂ ਦਾ ਕਰ ਰਹੇ ਹਾਂ ਭਾਅ ਜੀ ਕਹਿੰਦੇ ਮੈਂ ਕਿੱਥੇ ਹਾਂ ਲਿਟਰਲੀ ਭਾਅ ਜੀ ਕਹਿੰਦੇ ਮੈਂ ਕਿੱਥੇ ਹਾਂ ਮੈਂ ਤੁਸੀਂ ਹਜੇ ਸ਼ੂਟ ਨਹੀਂ ਹੋਇਆ ਤੁਸੀਂ ਵਿੱਚ ਦੇਖ ਹੈ ਨਾ ਉਹਨਾਂ ਦਾ ਆਪਾਂ ਸ਼ੂਟ ਕੀਤਾ ਹਰ ਬੰਦਾ ਚਾਹੇ ਉਹ ਕਿਸੇ ਵੀ ਧਰਮ ਤੋਂ ਬਿਲੋਂਗ ਕਰ ਰਿਹਾ ਜਦੋਂ ਵੀ ਇੱਕ ਦੀ ਗੱਲ ਹੋਊਗੀ ਹਰ ਬੰਦਾ ਅਵੇਲੇਬਲ ਹੋਊਗਾ ਜੀ ਸੋ ਜੋ ਤੁਸੀਂ ਇਹ ਪਿਆਰ ਵੰਡ ਰਹੇ ਹੋ ਮਤਲਬ ਇਹ ਤਾਂ ਉਮਰ ਵੰਡਦੇ ਰਹੋਗੇ ਇੱਦਾਂ ਹੀ ਜੀ ਆਪਣੇ ਵੱਲੋਂ ਕੋਸ਼ਿਸ਼ ਹੈ ਮਹਾਰਾਜ ਹਿੰਮਤ ਬਖਸ਼ਣ ਬਸ ਗੱਲ ਤਾਂ ਹਿੰਮਤ ਦੀ ਆ ਕਿ ਹਿੰਮਤ ਮਹਾਰਾਜ ਨੇ ਦੇਣੀਆਂ ਕਰਨ ਕਰਾਵਣ ਆਪੇ ਆਪ ਮਾਨਸ ਕੇ ਕਿਛ ਨਾਹੀ ਆ ਸਾਡੇ ਹੱਥ ਕੁਛ ਨਹੀਂ ਹੈ ਜਦੋਂ ਉਹਨੇ ਕਰਾਉਣਾ ਕਰਾ ਲੈਣਾ ਤੁਹਾਨੂੰ ਮੈਂ ਦੱਸਿਆ ਨਿੱਕੇ ਜੰਜੋਤ ਦਾ ਸੁਪਨਾ ਸੀਗਾ ਅਤੇ ਅੱਜ ਪੂਰਾ ਹੋਇਆ ਜਦੋਂ ਮੇਰੀ ਬੇਟੀ 3 ਸਾਲ ਦੀ ਹੋ ਗਈ ਆ ਸੋ ਜਦੋਂ ਮਹਾਰਾਜ ਨੇ ਸੇਵਾ ਲੈਣੀ ਆ ਉਦੋਂ ਲੈਣੀ ਆ ਉਹ ਲੈ ਲੈਣੀ ਆ ਉਹਨੇ ਅਤੇ ਮਹਾਰਾਜ ਇਸੇ ਤਰ੍ਹਾਂ ਸੇਵਾ ਸਾਡੀ ਲੈਂਦੇ ਰਹਿਣ ਜੀ ਸੋ ਅਖੀਰ ਦੇ ਵਿੱਚ ਸਿੰਬਲ ਦਰਬਾਰ ਲਈ ਭਾਅ ਜੀ ਕੀ ਕਹਿਣਾ ਚਾਹੁੰਦੇ ਸਾਨੂੰ ਸਾਰਿਆਂ ਦੁਆਵਾਂ ਚਾਹੀਦੀਆਂ ਹਨ ਅਸੀਂ ਫਿਰ ਵੀ ਇਸ ਤਰ੍ਹਾਂ ਦੇ ਹੋਰ ਪ੍ਰੋਜੈਕਟ ਲੈ ਕੇ ਆਈਏ ਸੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਬਿਜ਼ੀ ਸ਼ਡਿਊਲ ਕੱਢ ਕੇ ਆਇਓ ਅਤੇ ਬਾਕੀ ਮਹਾਰਾਜ ਨੇ ਜਿਹੜੀ ਸੇਵਾ ਅੱਗੇ ਹੋਰ ਲੈਣੀ ਹਨ ਅਸੀਂ ਉਹਦੇ ਲਈ ਤਿਆਰ ਹਾਂ ਸਿੰਬਲ ਦਰਬਾਰ ਲਈ ਮੈਂ ਇਹੀ ਕਹੂੰਗਾ ਕਿ ਇਹ ਚੈਨਲ ਸਾਡਾ ਬਹੁਤ ਵੱਡਾ ਇੱਕ ਅੱਗੇ ਸੁਪਨਾ ਕਿ ਅਸੀਂ ਕੁਛ ਇੱਦਾਂ ਦੇ ਮੈਂ 5 ਸ਼ਬਦ ਸ਼ੂਟ ਕਰ ਚੁੱਕਾ ਅਤੇ ਉਹ ਹੌਲੀ ਹੌਲੀ ਅਸੀਂ ਰਿਲੀਜ਼ ਕਰਾਂਗੇ ਤੁਹਾਨੂੰ ਇੱਦਾਂ ਦੀ ਅਪਡੇਟਸ ਮਿਲਦੀਆਂ ਰਹਿਣਗੀਆਂ ਬਸ ਤੁਸੀਂ ਆਪਣਾ ਪਿਆਰ ਦਿਓ ਸਿੰਬਲ ਦਰਬਾਰ 'ਤੇ ਅੱਜ ਤੁਸੀਂ ਸ਼ਬਦ ਦੇਖ ਕੇ ਆਪਣੇ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਸਾਰਿਆਂ ਨਾਲ ਸਾਂਝਾ ਕਰੋ ਜੀ ਥੈਂਕ ਯੂ ਸੋ ਮਚ ਭਾਅ ਜੀ ਅਤੇ ਇਸ ਉਪਰਾਲੇ ਲਈ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋਹਿਲ ਥੈਂਕ ਯੂ ਫੇਮਸ ਪੰਜਾਬੀ ਟੀਵੀ ਕੁਛ ਚੈਨਲਸ ਨੇ ਜਿਨ੍ਹਾਂ 'ਤੇ ਮਾਣ ਹੁੰਦਾ ਫੇਮਸ ਪੰਜਾਬੀ ਟੀਵੀ ਉਹਨਾਂ 'ਚੋਂ ਆ ਸੋ ਸਾਰੇ ਦਰਸ਼ਕ ਜਿਹੜੇ ਆਡੀਅੰਸ ਆ ਫੇਮਸ ਪੰਜਾਬੀ ਟੀਵੀ ਦੀ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਥੈਂਕ ਯੂ